266 66 ਉਹ ਏਰੀਆ ਵਾ ਜਿੱਥੇ ਕਹਿੰਦੇ ਨੇ ਕਿ ਚਿਕਨਗੁਨੀਆ ਦੀ ਬਿਮਾਰੀ ਦੀ ਸ਼ੁਰੂਆਤ ਹੋਈ ਸੀ, ਜਿਹੜੀ ਕਿ ਬਹੁਤ ਵੱਡੀ ਜਾਨਲੇਵਾ ਬਿਮਾਰੀ। ਔਰ 66 ਦਾ ਜਦੋਂ ਨਾਂ ਦਾ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਸੀਵਰੇਜ, ਜਿਹੜੀ ਕਿ ਕਾਫੀ ਸਾਲਾਂ ਤੋਂ ਜਿਹੜੀ ਸੀਵਰੇਜ ਦੀ ਸਮੱਸਿਆ ਆ ਰਹੀ ਹੈ, ਜਿਹੜੀ ਕਿ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਔਰ ਅੱਗੇ ਬਰਸਾਤਾਂ ਦਾ ਸੀਜ਼ਨ ਆ ਰਿਹਾ, ਔਰ ਸੋ ਇੱਕ ਵਾਰੀ ਫਿਰ ਜਿਹੜਾ ਵਾ ਸੀਵਰੇਜ ਦਾ ਬਲਾਸਟ ਹੋਣ ਵਾਲਾ, ਔਰ ਬਲਾਸਟ ਦੇ ਨਾਲ ਨਾਲ ਸੀਵਰੇਜ ਦੇ ਕਈ ਬਿਮਾਰੀਆਂ ਜਿਹੜੀਆਂ ਉਹ ਫੈਲਣ ਦਾ ਕਿਤੇ ਨਾ ਕਿਤੇ ਪ੍ਰਸ਼ਾਸਨ ਇੰਤਜ਼ਾਰ ਕਰ ਰਿਹਾ। ਸੋ ਅੱਜ ਮੀਟਿੰਗ ਕੀਤੀ ਹੈ 66 ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਉਹਨਾਂ ਦੇ ਨਾਲ ਕੌਂਸਲਰ ਸਤੀਸ਼ ਬੱਲੂ, ਰਮਨ ਰੰਮੀ ਉਹਨਾਂ ਦੇ ਨਾਲ, ਨਰਿੰਦਰ ਜੀ ਉਹਨਾਂ ਨਾਲ, ਬਿਲਕੁਲ ਰਾਹੁਲ ਜੀ ਜਿਹੜੇ ਕਿ ਯੂਥ ਦੇ ਪ੍ਰਧਾਨ ਉਹਨਾਂ ਨਾਲ, ਗੌਰਵ ਜੀ ਉਹ ਵੀ ਹੈ, ਸੋ ਨਰੇਸ਼ ਜੀ, ਹੋਰ ਸਾਰੇ ਟੀਮ ਨੇ ਜਿਹੜੀ ਮੀਟਿੰਗ ਕੀਤੀ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ, ਪ੍ਰਸ਼ਾਸਨ ਨੂੰ ਸਭ ਕੁਛ ਪਤਾ, ਮੀਟਿੰਗ ਕੀਤੀ ਆ ਲੇਕਿਨ ਹਾਲਾਤ ਉਹੀ। ਦੇਖੋ, ਪ੍ਰਸ਼ਾਸਨ ਦੀ ਉਦਾਸੀਨਤਾ ਆ, ਉਹਨਾਂ ਦੀ ਇੱਛਾ ਸ਼ਕਤੀ ਦੀ ਕਮੀ ਆ, ਨਹੀਂ ਤੇ 2 ਸਾਲ ਹੋ ਜਾਣ ਕਿਸੇ ਸਮੱਸਿਆ ਦਾ ਕੋਈ ਹੱਲ ਨਾ ਆਵੇ। ਉਹਦੇ ਨਾਲ ਨਾਲ ਕੀ ਆ ਵੀ ਸਮੱਸਿਆ 3 ਗੁਣਾ ਵੱਜੇ, ਜਿੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਬਣ ਗਈ ਆ, ਸੀਵਰ ਦੀ ਸਮੱਸਿਆ ਬਣ ਗਈ, ਉਹਦੇ ਨਾਲ ਕੂੜੇ ਦੀ ਲਿਫਟਿੰਗ ਦੀ ਬਣ ਗਈ ਆ, ਸੀਵਰ ਦੀ ਸਫਾਈ ਨਹੀਂ ਹੋ ਰਹੀ, ਅੱਗੋਂ ਬਰਸਾਤ ਆਉਣ ਵਾਲੀ ਆ, ਬਿਮਾਰੀ ਬਹੁਤ ਵੱਡੇ ਪੱਧਰ 'ਤੇ ਫੈਲ ਜਾਣੀ ਆ। ਉਹਦੇ ਨਾਲ ਨਾਲ ਸਾਡੀ ਸਭ ਤੋਂ ਵੱਡੀ ਸਮੱਸਿਆ, 21 ਤਰੀਕ ਨੂੰ 6ਵੀਂ ਪਾਤਸ਼ਾਹੀ ਦਾ ਹਰਗੋਬਿੰਦ ਸਾਹਿਬ ਦਾ ਜਨਮ ਦਿਹਾੜਾ ਆ, ਉਦੋਂ ਤੱਕ ਇੱਥੇ ਗਲੀਆਂ 'ਚ ਪਾਣੀ ਆ, ਲੋਕੀ ਬੜੇ ਪਰੇਸ਼ਾਨ ਆ। ਅਸੀਂ ਇਸ ਕਰਕੇ ਅੱਜ ਸਾਰੇ ਦੋਸਤਾਂ ਨੂੰ ਜਿਹਮਤ ਦਿੱਤੀ ਸੀ ਵੀ ਆਪਾਂ ਸਾਰੇ ਇਕੱਠੇ ਹੋ ਕੇ ਨਗਰ ਨਿਗਮ ਨੂੰ ਅੱਜ ਤੁਹਾਡੇ ਰਾਹੀਂ ਸੁਨੇਹਾ ਦੇਈਏ, ਜੇ ਨਹੀਂ ਹਟਦੇ ਤਾਂ ਸੋਮਵਾਰ ਕੋਈ ਵੱਡਾ ਧਰਨਾ ਮੁਜ਼ਾਹਰਾ ਕਰੀਏ, ਤਾਂ ਜੋ ਸਾਡੇ ਲੋਕੀ ਜਿਹੜੇ 66 'ਤੇ ਬਚ ਸਕਣ, ਗਲੀ ਗਲੀ 'ਚ ਸੱਥਰ ਨਾ ਵਿਸਣ ਜਿਸ ਤਰ੍ਹਾਂ ਪਿਛਲੀ ਵਾਰੀ ਸੀ, ਜਾਂ ਲੋਕੀ ਵਿਆਜੀ ਪੈਸੇ ਚੁੱਕ ਕੇ ਪਿਛਲੀ ਵਾਰੀ ਜਿਹੜਾ ਇਲਾਜ ਕਰਾਇਆ ਉਸ ਗੱਲ ਤੋਂ ਡਰਦੇ ਅਸੀਂ ਅੱਜ ਜਿਹੜਾ ਇਕੱਠੇ ਹੋਏ ਹਾਂ। ਕਰੋਨਾ ਤੋਂ ਬਦਤਰ ਹਾਲਾਤ ਹੋ ਗਏ ਸੀ ਪਿਛਲੀ ਵਾਰੀ। ਸੋ ਮੇਰੀ ਬੇਨਤੀ ਆ ਵੀ ਜਿੰਨੇ ਲੋਕੀ ਅੱਜ ਇਸ ਵੀਡੀਓ ਨੂੰ ਸੁਣ ਰਹੇ ਆ, ਆਉਣ ਵਾਲੇ ਸਮੇਂ 'ਚ ਇਕੱਠੇ ਹੋਣ ਸੋਮਵਾਰ ਨੂੰ, ਕਿਉਂਕਿ ਇਹ ਸਮੱਸਿਆ ਸਾਰਿਆਂ ਦੀ ਸਮੱਸਿਆ ਆ, ਉਹਦੇ ਵਿੱਚ ਕੋਈ ਜਾਤ ਨਹੀਂ ਗੀ, ਕੋਈ ਧਰਮ ਨਹੀਂ ਗਾ, ਕੋਈ ਪਾਰਟੀ ਨਹੀਂ ਗੀ, ਹਰ ਘਰ ਦੀ ਸਮੱਸਿਆ ਜਿਹੜੀ ਸੀਵਰ ਦੀ ਸਮੱਸਿਆ, ਇਹਨੂੰ ਸਾਰਿਆਂ ਨੂੰ ਉੱਠ ਕੇ ਆਪਾਂ ਸੋ। ਰਮਨ ਜੀ, ਮੈਂਬਰ ਪਾਰਲੀਮੈਂਟ ਦੇ ਵਿੱਚ ਵੀ ਇਹ ਸਭ ਤੋਂ ਵੱਡਾ ਜਿਹੜਾ ਇਸ਼ੂ ਸੀਗਾ 66 ਦਾ, ਜਦੋਂ ਗੱਲ ਆਉਂਦੀ ਸੀ ਤੇ ਸੀਵਰ ਦੀ ਆਉਂਦੀ ਸੀ, ਹਾਲਾਤ ਉਹੀ ਹੈ, ਤੁਸੀਂ ਸਾਬਕਾ ਸੀਨੀਅਰ ਡਿਪਟੀ ਮੇਅਰ ਵੀ ਰਹੇ ਹੋ, ਕੀ ਕਾਰਨ, ਕੀ ਤਕਨੀਕੀ ਕਾਰਨ ਕਿ ਜਿਹੜਾ ਅੱਜ 2 ਸਾਲ ਵੀ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ, ਵਾਅਦੇ ਹੋਏ ਆ ਲੇਕਿਨ ਕੰਮ ਨਹੀਂ ਹੋਏ? ਦੇਖੋ, ਵਿਧਾਨ ਸਭਾ, ਨਗਰ ਨਿਗਮ ਦਾ ਹਾਊਸ, ਪਾਰਲੀਮੈਂਟ, ਸਭ ਥਾਂ 'ਤੇ ਮੁੱਦਾ ਚਲੇ ਗਿਆ, ਪਰ ਇਹਦਾ ਹੱਲ ਨਹੀਂ ਹੋਇਆ। ਉਹਦਾ ਕਾਰਨ ਆ ਵੀ ਜਿਹੜੇ ਅਫਸਰ ਆ ਅਤੇ ਜਿਹੜੇ ਸਿਆਸੀ ਬੰਦੇ ਜਿਨ੍ਹਾਂ ਦੀ ਪਾਰਟੀ ਆ ਆਮ ਆਦਮੀ ਪਾਰਟੀ ਵਾਲੇ, ਉਹ ਬੰਦਿਆਂ ਦੇ ਵਿੱਚ ਇੱਛਾ ਸ਼ਕਤੀ ਦੀ ਕਮੀ ਆ। ਇਹ ਮੁੱਦੇ ਦੇ ਉੱਤੇ ਇਲੈਕਸ਼ਨ ਦਾ ਰਿਜ਼ਲਟ ਆਇਆ, ਅੰਮ੍ਰਿਤਸਰ ਸ਼ਹਿਰ 'ਚੋਂ ਆਮ ਆਦਮੀ ਪਾਰਟੀ ਦੀ ਜਿਹੜੀ 3ਜੇ ਨੰਬਰ ਦੀ ਪੋਜੀਸ਼ਨ ਆ, ਸੀਵਰ ਦੇ ਮੁੱਦੇ ਨੇ ਰੱਖੀ ਆ। ਪਰ ਜਦੋਂ ਭਗਵੰਤ ਮਾਨ ਜੀ ਨੇ ਮੀਟਿੰਗ ਰੱਖੀ, ਰਿਵਿਊ ਮੀਟਿੰਗ ਪਰਸੋਂ ਹੀ ਸੀ, ਉਹਦੇ ਵਿੱਚ ਇਹ ਮੁੱਦਾ ਨਹੀਂ ਵਿਚਾਰਿਆ ਗਿਆ। ਜਦੋਂ ਇਹ ਮੁੱਦਾ ਨਹੀਂ ਵਿਚਾਰਿਆ ਗਿਆ, ਇਹਦਾ ਹੱਲ ਹੀ ਨਹੀਂ ਹੋਣਾ। ਸੋ ਮੇਰੀ ਬੇਨਤੀ ਆ ਵੀ ਇਹ ਲੋਕ ਆਪਣੇ ਮੁੱਖ ਮੰਤਰੀ ਕੋਲ ਇਹ ਸਮੱਸਿਆ ਨੂੰ ਦੂਰ ਰੱਖ ਰਹੇ ਆ ਵੀ ਇਹਨਾਂ ਦੀ ਨਾਕਾਮੀ ਨਾ ਸਾਬਤ ਹੋਵੇ। 2 ਸਾਲ ਹੋ ਗਏ ਆ, ਇਹਨਾਂ ਕੋਲ ਅੱਜ ਵੀ ਕੋਈ ਪਰਮਾਨੈਂਟ ਹੱਲ ਨਹੀਂ ਹੈਗਾ। ਬਿਲਕੁਲ ਤੁਹਾਡਾ ਗੱਲ ਕਰਦੇ ਬੱਲੂ ਜੀ, ਬਲਾਸਟ ਹੋਣ ਵਾਲਾ ਵਾ, ਕਿਉਂਕਿ ਜਦੋਂ ਬਰਸਾਤ ਆਉਂਦੀ ਹੈ ਸੀਵਰੇਜ ਦਾ ਪਾਣੀ ਓਵਰਫਲੋ ਹੋਣਾ, ਔਰ ਲੋਕਾਂ ਦੀ ਗਲੀਆਂ ਫਿਰ ਇੱਕ ਵਾਰੀ ਚਿਕਨਗੁਨੀਆ ਬਿਮਾਰੀ ਆ ਰਹੀ ਹੈ। ਹਾਲਾਂਕਿ ਕੁਲਦੀਪ ਧਾਲੀਵਾਲ ਖੁਦ ਕਹਿ ਰਹੇ ਕਿ ਜ਼ਮੀਨੀ ਸਤਰ ਤੇ ਜਿਹੜਾ ਅਸੀਂ ਕੰਮ ਨਹੀਂ ਕੀਤਾ। ਇਸੇ ਖਤਰੇ ਨੂੰ ਆਪਾਂ ਭਾਂਪਦੇ ਹੋਏ ਆਪਾਂ ਪਹਿਲਾਂ ਹੀ ਲੋਕਾਂ ਨੇ, ਕਿਉਂਕਿ ਜਦੋਂ ਆਪਾਂ ਗੁਰਜੀਤ ਸਿੰਘ ਔਜਲਾ ਦੀ ਇਲੈਕਸ਼ਨ ਦੇ ਵਿੱਚ ਡੋਰ ਸਟੈਪ ਦੇ ਲੋਕਾਂ ਨੇ ਡੋਰ ਟੂ ਡੋਰ ਕੀਤੀ ਆ, ਉਦੋਂ ਬਹੁਤ ਸਾਰੇ ਲੋਕਾਂ ਨੇ ਸਾਨੂੰ ਸੀਵਰੇਜ ਦੇ ਸੀਵਰੇਜ ਮਿਕਸ ਪਾਣੀ ਦੀ ਕੰਪਲੇਂਟਸ ਕੀਤੀ ਆ। ਅਸੀਂ ਉਹਨਾਂ ਨੂੰ ਇਹ ਵਿਸ਼ਵਾਸ ਦਵਾਇਆ ਹੋਵੇ ਕਿ ਇਲੈਕਸ਼ਨ ਨਿਕਲਦੇ ਆ, ਇਲੈਕਸ਼ਨ ਦੇ ਦੌਰਾਨ ਵੀ ਅਸੀਂ ਕਾਰਪੋਰੇਸ਼ਨ ਇੱਕ ਧਰਨਾ ਦਿੱਤਾ, ਇਲੈਕਸ਼ਨ ਨਿਕਲਦੇ ਇਮੀਡੀਏਟ ਆਪਾਂ ਸਾਰੇ ਕੰਮ ਛੱਡ ਗਏ, ਤੁਹਾਡੇ ਇਸ਼ੂ ਨੂੰ ਆਪਾਂ ਚੁੱਕਾਂਗੇ। ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਵਾਂ, ਤੁਸੀਂ ਲਾਮੇ ਬਹੁਤ ਸਾਰਿਆਂ ਨੇ ਦਿੱਤੇ ਆ, ਔਰ ਜੈਨੂਨ ਹੀ ਤੁਹਾਡੇ ਲਾਮੇ, ਪਰ ਹੁਣ ਸਾਡਾ ਤੁਸੀਂ ਸਾਥ ਦਿਓ, ਤੁਹਾਡੇ ਇਸ਼ੂ ਵਾਸਤੇ ਸਾਨੂੰ ਕਿਸੇ ਲੈਵਲ ਤੱਕ ਵੀ ਧਰਨੇ ਪਰ ਲੋਕਾਂ ਨੇ ਸਾਥ ਦਿੱਤਾ ਵਾ, ਕਾਂਗਰਸ ਨੂੰ ਜਿਤਾਇਆ ਮੈਂਬਰ ਪਾਰਲੀਮੈਂਟ। ਸੋ ਨਗਰ ਨਿਗਮ 'ਚ ਚੋਣਾਂ ਫਿਲਹਾਲ ਨਹੀਂ ਹੋਈਆਂ ਵਾ, ਲੱਗਦਾ ਵੀ ਹਾਲਾਤ ਜਿਹੜੇ ਹੈਗੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਰਹਿਣਗੇ, ਔਰ ਚੋਣਾਂ ਇਸ ਕਰਕੇ ਸਰਕਾਰ ਨਹੀਂ ਕਰਾਉਣੀ।
ਇਹ ਚੋਣਾਂ ਹੋਣ ਨਾ ਹੋਣ ਕਾਰਨ ਹੀ ਆ ਇਹ ਹਾਲਾਤ ਬਣੇ। 1.5 ਸਾਲ ਹੋ ਗਿਆ ਵਾ ਕਾਰਪੋਰੇਸ਼ਨ ਹਾਊਸ ਜਿਹੜਾ ਭੰਗ ਹੋਇਆ ਵਾ, ਕਾਰਪੋਰੇਸ਼ਨ ਕੌਂਸਲਰ ਕੋਈ ਹੈ ਨਹੀਂ, ਉਹ ਕਹਿੰਦੇ ਨਹੀਂ ਪੰਜਾਬੀ 'ਚ ਘਰ ਵਾਲੇ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ, ਉਹ ਗੱਲ ਬਣੀ ਪਈ ਆ ਸਾਡੇ ਅੰਮ੍ਰਿਤਸਰ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਨਗਰ ਨਿਗਮਾਂ ਵਿੱਚ। ਇਸ ਕਰਕੇ ਇਲੈਕਸ਼ਨ ਜਲਦੀ ਹੋਣੀ ਚਾਹੀਦੀ ਆ, ਲੋਕਾਂ ਦਾ ਮੁੱਦਾ, ਲੋਕਾਂ ਨੂੰ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਹਾਡਾ ਮੁੱਦਾ ਵਾ, ਤੁਸੀਂ ਸਾਡਾ ਸਾਥ ਦਿਓਗੇ ਨਾ। ਜਦੋਂ 22 ਜੂਨ ਨੂੰ ਅਸੀਂ ਸ਼ਹਾੜੇ ਚੌਂਕ ਵਿੱਚ ਧਰਨਾ ਦਿੱਤਾ ਸੀ, ਉਦੋਂ ਤੋਂ ਲੈ ਕੇ ਲਗਾਤਾਰ ਬਹੁਤ ਸਾਰੇ ਧਰਨੇ ਦਿੱਤੇ ਆ, ਵਿੱਚ ਕਈ ਵਾਰੀ ਲੋਕਾਂ ਨੇ ਬਹੁਤ ਸਾਥ ਦਿੱਤਾ, ਕਈ ਵਾਰੀ ਨਹੀਂ ਸਾਥ ਦਿੱਤਾ। ਹੁਣ ਅਸੀਂ ਆਪਣੇ ਇੱਕ ਲੋਕਾਂ ਨੂੰ ਬੇਨਤੀ ਕਰਦੇ ਹਾਂ, ਆਪਣੇ ਪਰਿਵਾਰਾਂ ਦੀ, ਆਪਣੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਸਤੇ, ਅਸੀਂ ਰੋਜ਼ਮਰ੍ਹਾ ਦੇ ਕੰਮ ਛੱਡ ਕੇ ਕੋਈ 2-4, 10-5 ਦਿਨ ਵਾਸਤੇ ਆਪਾਂ ਜੇ ਅਗਰ ਸਾਨੂੰ ਕਿਤੇ ਧਰਨੇ ਪ੍ਰਦਰਸ਼ਨ ਕਰਨੇ ਪੈਣ, ਬਹਿਣਾ ਪਵੇ, ਤਾਂ ਸਾਡਾ ਸਾਥ ਦਿਓ। ਸੋ ਬਿਲਕੁਲ ਗੱਲ ਕਰਦੇ, ਕਿਉਂਕਿ ਵੱਖ ਵੱਖ ਨੁਮਾਇੰਦੇ ਜਿਹੜੇ ਵਾਰਡਾਂ ਤੋਂ ਗਏ, ਰੰਮੀ ਜੀ ਧਰਨੇ ਪ੍ਰਦਰਸ਼ਨ ਵੀ ਹੋਏ, ਮੀਟਿੰਗਾਂ ਵੀ ਹੋਈਆਂ, ਸਿੱਟਾ ਕੋਈ ਨਹੀਂ ਨਿਕਲਿਆ। ਵੇਖੋ ਜੀ, ਇਹਨਾਂ ਦੀ ਨਾਕਾਮੀ ਆ, ਇਹਨਾਂ ਦੀ ਕੰਮ ਕਰਨ ਦੀ ਇੱਛਾ ਬਿਲਕੁਲ ਨਹੀਂ ਹੈਗੀ। ਇਹ ਭਾਵੇਂ ਸਿਆਸੀ ਹੈ, ਜਿਸ ਤਰ੍ਹਾਂ ਮੇਅਰ ਸਾਹਿਬ ਨੇ ਕਿਹਾ ਵੀ ਭਾਵੇਂ ਸਿਆਸੀ ਹੈ ਤੇ ਭਾਵੇਂ ਬਿਊਰੋਕਰੇਸੀ ਆ, ਕੰਮ ਕਰਨ ਦੀ ਬਿਲਕੁਲ ਇੱਛਾ ਨਹੀਂ ਹੈਗੀ ਇਹਨਾਂ ਦੇ। ਸਾਨੂੰ 2 ਸਾਲ 2.5 ਸਾਲ ਦੇ ਤੱਕ ਹੋ ਹੀ ਚੱਲੇ ਲਗਭਗ ਇਲੈਕਸ਼ਨਾਂ ਤੋਂ ਲੈ ਕੇ, ਤੇ ਅੱਜ ਤੱਕ ਸੀਵਰ ਦਾ ਮਸਲਾ ਨਹੀਂ ਹੱਲ ਹੋਇਆ, ਪੀਣ ਦੇ ਪਾਣੀ ਦਾ ਮਸਲਾ ਨਹੀਂ ਹੱਲ ਹੋਇਆ। ਇਹਨਾਂ ਨੇ ਆਪਣੀ ਨਾਕਾਮੀ ਲੁਕਾਉਣ ਦੀ ਬਜਾਏ ਪੀਣ ਵਾਲੇ ਪਾਣੀ ਦਾ ਟਾਈਮ ਘਟਾ ਦਿੱਤਾ ਗਿਆ। ਉਹ ਜਿਹੜਾ ਸਵੇਰੇ 5 ਵਜੇ ਤੋਂ ਲੈ ਕੇ 9 ਵਜੇ ਤੱਕ ਚੱਲਦਾ ਸੀ, ਉਹ ਸਵੇਰੇ 7 ਵਜੇ ਤੋਂ 9 ਵਜੇ ਤੱਕ ਚਲਾ ਦਿੱਤਾ। ਦੁਪਹਿਰ ਦਾ ਟਾਈਮ ਹੀ ਬਿਲਕੁਲ ਬੰਦ ਕਰਤਾ, 12 ਵਜੇ ਤੋਂ ਲੈ ਕੇ 2 ਵਜੇ ਤੱਕ ਆਉਂਦਾ ਸੀ, ਉਹ ਬਿਲਕੁਲ ਬੰਦ ਕਰ ਦਿੱਤਾ। ਸ਼ਾਮੀ 5 ਵਜੇ ਤੋਂ ਲੈ ਕੇ 8 ਵਜੇ ਤੱਕ ਚਲਾਉਂਦੇ ਨੇ, ਜੋ ਕਿ ਪਹਿਲਾਂ 8 ਵਜੇ ਤੋਂ ਲੈ ਕੇ 10 ਵਜੇ ਤੱਕ ਚੱਲਦਾ ਸੀ। ਇੱਧਰ ਬਿਮਾਰੀ ਤੇ ਇੱਧਰ ਪੈਸੇ। ਬਿਲਕੁਲ ਜੀ ਬਿਲਕੁਲ, ਇਹ ਅਸੀਂ ਸਾਨੂੰ ਜੋ ਅਸੀਂ ਪਿਛਲੇ ਸਾਲ ਆਪਣੇ ਹੰਢਾ ਚੁੱਕੇ ਨਾ ਛਿਆੜੇ ਵਾਲੇ ਵਾਸੀ ਆਪਣੇ ਪੇਟ ਉੱਤੇ, ਇੰਨੇ ਪੈਸੇ ਹਸਪਤਾਲਾਂ ਨੂੰ ਦੇ ਕੇ, ਬੱਚੇ ਬਿਮਾਰ ਆ ਉਹਨਾਂ ਦੇ ਹੋਏ, ਆਪ ਬਿਮਾਰ ਹੋਏ, ਸਾਰਾ ਸਾਰਾ ਪਰਿਵਾਰ ਹਸਪਤਾਲ 'ਚ ਐਡਮਿਟ ਰਿਹਾ, ਅਸੀਂ ਉਹ ਫਿਰ ਸ਼ੰਕਾ ਡਰਦੇ ਹੋਏ ਅਸੀਂ ਸਾਰੇ ਛਿਆੜੇ ਵਾਸੀਆਂ ਨੂੰ ਅਪੀਲ ਕਰਦਾ ਵੀ ਜਿੱਦਾਂ ਬੱਲੂ ਜੀ ਨੇ ਕਿਹਾ, ਰਮਨ ਜੀ ਨੇ ਕਿਹਾ ਵੀ ਸਾਡਾ ਸਾਥ ਦਿਓ, ਸਾਡੇ ਨਾਲ ਕੰਧੇ ਨਾਲ ਕੰਧਾ ਜੋੜ ਕੇ ਚੱਲੋ, ਅਸੀਂ ਜੋ ਕਿ ਇਹਨਾਂ ਦੀ ਸਰਕਾਰ ਦੀ ਜੋ ਸੁੱਤੀ ਹੋਈ ਆ ਵੀ ਇਹਨਾਂ ਦੇ ਕੰਨ ਖੋਲ ਸਕੀਏ। ਸਾਥ ਦੀ ਗੱਲ ਕਰਦੇ ਆ, ਸੋ ਬਿਲਕੁਲ ਇੱਥੇ ਬਿਲਕੁਲ ਰਾਹੁਲ ਜੀ ਵੀ, ਰਾਹੁਲ ਜੀ ਸਾਥ ਦੀ ਗੱਲ ਕਰਦੇ, ਲੇਕਿਨ ਹਾਲਾਤ ਜਿਹੜੇ ਹੈਗੇ ਧਰਨੇ ਪ੍ਰਦਰਸ਼ਨ ਸਾਰੇ ਵੱਖ ਵੱਖ, ਤੁਸੀਂ ਵਾਰਡਾਂ ਦੀ ਨੁਮਾਇੰਦਗੀ ਕਰਦੇ ਹੋ, ਉਹ ਸਾਰੇ ਵੈਸਟ ਦੇ ਹੈਗੇ ਆ, ਸੋ ਕਿੰਨੇ ਕੁ ਲੋਕ ਜਿਹੜੇ ਪ੍ਰਭਾਵਿਤ ਹੋਣੇ ਆ? ਵੇਖੋ ਜੀ, ਪੂਰਾ ਸ਼ਹਿਰ ਹੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ, ਵੈਸਟ ਜਲ ਖਾਸ ਕਰਕੇ, ਵਡਾਲੀ, ਘਨਪੁਰ, ਕਾਲਾ, ਸਾਰੇ ਹਲਕੇ ਜਿਹੜਾ ਪੂਰਾ ਬਹੁਤ ਜ਼ਿਆਦਾ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰ ਘਰ ਕੂੜਾ, ਕੂੜੇ ਵਾਲੇ ਤੇ 4-4 ਦਿਨ ਗੇੜਾ ਹੀ ਨਹੀਂ ਮਾਰਦੇ, ਫਿਰ ਰੱਖ ਕੇ 2 ਦਿਨ ਲੋਕੀ ਕੂੜਾ ਆਪਣੇ ਘਰ ਰੱਖਦੇ ਆ, ਫਿਰ ਜਾ ਕੇ ਗਲੀਆਂ ਦੇ ਢੇਰ, ਤੁਸੀਂ ਹਰ ਗਲੀ ਦੇ ਬਾਹਰ ਜਾ ਕੇ ਵੇਖੋ ਕੂੜਿਆਂ ਦੇ ਢੇਰ ਲੱਗੇ ਹੋਏ ਆ, ਜੋ ਕਿ ਬਾਅਦ ਵਿੱਚ ਜਿਹੜੇ ਗਲੀਆਂ ਦੇ ਕੁੱਤੇ ਆ ਰੋਡ ਤੇ ਜਾ ਰਹੇ ਆ ਉਹ ਕੂੜਾ ਸੁੱਟਦੇ ਆ, ਉਹਦੇ ਨਾਲ ਬਿਮਾਰੀਆਂ ਫੈਲ ਰਹੀਆਂ। ਗਲੀਆਂ ਦੇ ਬਾਹਰ ਇੰਨਾ ਕੁ ਜ਼ਿਆਦਾ ਕੂੜਿਆਂ ਦਾ ਢੇਰ ਲੱਗਾ ਹੋਇਆ, ਗਲੀ ਦੇ ਬਾਹਰ ਇੱਕ ਕੂੜੇ ਦੇ ਡੰਪ ਬਣ ਚੁੱਕੇ ਆ, ਜੋ ਕਿ ਇਹਨਾਂ ਦੀ ਇੱਕ ਨਾਕਾਮੀ ਆ, ਇਹਨੂੰ ਸੁਧਾਰ ਚਾਹੀਦਾ। ਜੇ ਨਾ ਹੋਇਆ ਤੇ ਇਹਨਾਂ ਨੂੰ ਠੱਲ ਪਾਉਣ ਲਈ ਅਸੀਂ ਧਰਨੇ ਰੋਸ ਮੁਜ਼ਾਹਰੇ ਕਰਾਂਗੇ। ਗੌਰਵ ਜੀ, ਤੁਸੀਂ ਵੀ ਲਗਾਤਾਰ ਸੁਪਰ ਸ਼ੱਕਰ ਮਸ਼ੀਨਾਂ ਲੈ ਕੇ ਸਫਾਈ ਕਰਾਉਂਦੇ ਰਹੇ, ਲੇਕਿਨ ਹਾਲਾਤ ਉਹੀ ਹੈ, ਸੋ ਅੱਗੇ ਜਿਹੜੇ ਹਾਲਾਤ ਹੋਰ ਗੰਭੀਰ ਹੋਣ ਵਾਲੇ? ਦੇਖੋ ਜੀ, ਜਿਸ ਤਰ੍ਹਾਂ ਸਾਡੇ ਮੇਅਰ ਸਾਹਿਬ ਨੇ ਵੀ ਦੱਸਿਆ, ਸਤੀਸ਼ ਬੱਲੂ ਜੀ ਨੇ ਵੀ ਦੱਸਿਆ ਆ, ਰੰਮੀ ਭਾਈ ਨੇ ਦੱਸਿਆ, ਰਾਹੁਲ ਜੀ ਨੇ ਦੱਸਿਆ ਆ, ਇਹ ਮੁੱਦਾ ਤੇ ਦੇਖੋ ਜੀ ਵਾਰਡਾਂ ਵਿੱਚ ਨਿਕਲਣਾ ਪੈਂਦਾ ਵਾ, ਇਲਾਕਿਆਂ ਵਿੱਚ ਨਿਕਲਣਾ ਪੈਂਦਾ, ਇਹ ਤੇ ਏਸੀਆਂ ਦੇ ਥੱਲੇ ਦਫ਼ਤਰਾਂ ਦੇ ਵਿੱਚ ਏਸੀ ਚਲਾ ਕੇ ਅਰਮਾਨ ਨਾਲ ਕੁਰਸੀਆਂ ਤੇ ਬੈਠੇ ਹੋਏ ਨੇ, ਇਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਹੁਣ 2.5 ਸਾਲ ਸਰਕਾਰ ਨੂੰ ਹੋ ਗਏ ਨੇ, 2.5 ਸਾਲਾਂ ਦੇ ਵਿੱਚ ਕੀ ਇਹਨਾਂ ਨੇ ਕਰ ਦਿੱਤਾ ਵਾ, ਉਹ ਸਾਰੀ ਸਮੁੱਚੇ ਜਿਹੜੇ ਸਾਡੇ ਇਲਾਕਿਆਂ ਨੂੰ ਪਤਾ ਵਾ ਕਿ ਇਹਨਾਂ ਨੇ ਕੀ ਕੁਛ ਕੀਤਾ ਹੈ। ਇਹ ਨਿਕਲ ਕੇ ਨਹੀਂ ਰਾਜੀ, ਜੇ ਨਿਕਲਣਗੇ ਤੇ ਲੋਕਾਂ ਦੇ ਮਸਲੇ ਹੱਲ ਹੋਣਗੇ, ਏਸੀਆਂ ਵਿੱਚ ਬੈਠ ਕੇ ਤੇ ਏਸੀਆਂ ਵਾਲੀਆਂ ਗੱਡੀਆਂ 'ਚ ਬੈਠ ਕੇ ਇਹ ਤੁਰਦੇ ਫਿਰਦੇ ਨੇ, ਇਸ ਤਰ੍ਹਾਂ ਲੋਕਾਂ ਦੇ ਮਸਲੇ ਨਹੀਂ ਹੱਲ। ਧਾਲੀਵਾਲ ਵਾਲਿਆਂ ਦੀ ਗੱਲ ਜਿਹੜੀ ਉਹਨਾਂ ਦੇ ਮੌਜੂਦਾ ਮੰਤਰੀ ਜਿਹੜੀ ਗੱਲ ਨਜ਼ਰ ਆ, ਨਰਿੰਦਰ ਜੀ ਕੀ, ਨਰਿੰਦਰ ਜੀ ਤੁਹਾਡੇ ਲਾਗੇ ਹੀ ਡਿਸਪੋ, ਜੇ ਗੱਲ ਕਰੀਏ ਐਸਟੀਪੀ ਵੀ ਹੈਗਾ ਵਾ, ਹਾਲਾਤ ਤੁਹਾਡੇ ਕੀ ਗਏ? ਸਰ ਪਿਛਲੇ 2.5 ਸਾਲ ਤੋਂ ਜਿਹੜਾ ਨਾ ਉਹ ਅਸੀਂ ਨਰਕ ਦੀ ਜ਼ਿੰਦਗੀ ਜੀਂਦੇ ਹਾਂ। ਤੁਸੀਂ ਜਾ ਕੇ ਮੌਕੇ ਦੇ ਉੱਤੇ ਜਾ ਕੇ ਵੇਖੋ ਵੀ ਫਲੱਸ਼ਾਂ ਭਰੀਆਂ ਪਈਆਂ ਹੈ, ਪਾਣੀ ਸਵੇਰੇ ਨਹੀਂ ਆਉਂਦਾ, ਪਾਣੀ ਦੁਪਹਿਰੇ ਨਹੀਂ ਆਉਂਦਾ, ਪਾਣੀ ਸ਼ਾਮ ਨੂੰ ਨਹੀਂ ਆਉਂਦਾ। ਆਪਣੀ ਨਲੈਕੀ ਛੁਪਾਉਣ ਦੀ ਖਾਤਰ
ਕਿਉਂਕਿ ਸੀਵਰੇਜ ਦੀ ਸਮਰੱਥਾ ਜਿਹੜੀ ਇਹਨਾਂ ਉਹ ਘੱਟ ਹੈ, ਉਹਦੀ ਖਾਤਰ ਇਹਨਾਂ ਨੇ ਪਾਣੀ ਘੱਟ ਕਰਤਾ। ਹੁਣ ਆਉਣ ਵਾਲਾ ਸੀਜ਼ਨ ਜਿਹੜਾ ਰੇਨੀ ਸੀਜ਼ਨ ਹੈ, ਇਹਦੇ ਵਿੱਚ ਬੜੀਆਂ ਜਿਸ ਤਰ੍ਹਾਂ ਪਹਿਲਾਂ ਚਿਕਨਗੁਨੀਆ ਚੱਲਿਆ ਸੀ, ਡੇਂਗੂ ਹੋਰ ਹੈ, ਉਹ ਜਿਹੜੇ ਆ ਨਾ ਬਿਮਾਰੀਆਂ ਦਾ ਉਹ ਇੱਕ ਬਲਾਸਟ ਹੋਣ ਵਾਲਾ ਹੈ, ਜਿਹਨੂੰ ਮੁੱਖ ਰੱਖਦੇ ਹੋਏ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਸਾਹਿਬਾਨ ਨੇ ਇਹ ਫੈਸਲਾ ਕੀਤਾ ਹੈ ਵੀ ਨਗਰ ਨਿਗਮ ਨੂੰ ਇਹ ਸੂਚਿਤ ਕੀਤਾ ਜਾਏ ਵੀ ਸਮਾਂ ਰਹਿੰਦੇ ਜਿਹੜੀ ਹੈ ਨਾ ਇਸ ਸਮੱਸਿਆ ਦਾ ਹੱਲ ਕਰੋ, ਨਹੀਂ ਤਾਂ ਜੋ ਕਾਂਗਰਸ ਪਾਰਟੀ ਦਾ ਹੁਕਮ ਹੋਏਗਾ ਉਹਦੇ ਮੁਤਾਬਕ ਜਿਹੜੇ ਰੋਸ ਧਰਨੇ ਮੁਜ਼ਾਹਰੇ ਕੀਤੇ ਜਾਣਗੇ। ਲੱਗਦਾ ਨਰੇਸ਼ ਜੀ ਕੋਈ ਹੱਲ ਹੋਏਗਾ, ਹੋਣਾ ਤਾਂ ਚਾਹੀਦਾ ਜੀ। ਵੇਖੋ ਮੇਅਰ ਸਾਹਿਬ ਜੀ ਨੇ ਜਿੰਨਾ ਸੰਘਰਸ਼ ਕੀਤਾ ਨਾ, ਸ਼ਾਇਦ ਹੀ ਆਪਣੀ ਜ਼ਿੰਦਗੀ 'ਚ ਕਰਦੇ, ਸਵੇਰੇ 5 ਵਜੇ ਨਿਕਲਦੇ, ਰਾਤੀ 12 ਵਜੇ ਹੁੰਦੀ, ਘਰ ਘਰ ਜਾਂਦੇ ਆ ਸਫਾਈ ਵੱਲੋਂ। ਹੁਣ ਤਾਂ ਆ ਰਹੇ ਵੀ ਕੰਮ ਕਰਨਾ ਬੰਦ ਕਰ ਗਏ ਜੀ, ਪੋਰ ਕੰਡੀਸ਼ਨ ਮਾੜੀ, ਬਿਮਾਰੀ ਬਹੁਤ ਬੁਰੀ ਤਰ੍ਹਾਂ ਫੈਲ ਰਹੀ। ਰਮਨ ਜੀ ਹਾਲਾਤ ਗਏ, ਕਾਂਗਰਸ ਨੂੰ ਫਤਵਾ ਦਿੱਤਾ ਅੰਮ੍ਰਿਤਸਰ ਦੇ ਲੋਕਾਂ ਨੇ, ਕਾਂਗਰਸ ਹਮੇਸ਼ਾ ਲੋਕਾਂ ਦੀ ਲੜਾਈ ਲੜੀ ਔਰ ਲੋਕਾਂ ਨੇ ਦੱਸਿਆ ਵੀ ਕਿ ਅਸੀਂ ਕਾਂਗਰਸ ਦੇ ਨਾਲ ਆ, ਕੀ ਰਣਨੀਤੀ ਰਹੇਗੀ ਆਉਣ ਵਾਲੇ ਹਾਲਾਤ 'ਚ, ਕਿਉਂਕਿ ਸਮਾਂ ਥੋੜ੍ਹਾ ਹੈਗਾ ਵਾ, ਬਰਸਾਤ ਦਾ ਸੀਜ਼ਨ ਆ ਰਿਹਾ ਵਾ, ਲੋਕ ਇੱਕ ਵਾਰੀ ਫਿਰ ਜਿਹੜੀ ਆ ਬਿਲਕੁਲ ਜੇਬਾਂ, ਜਿਸ ਤਰ੍ਹਾਂ ਰਮੀ ਉਹਨਾਂ ਨੇ ਕਿਹਾ ਵੀ ਜੇਬਾਂ ਖਾਲੀ ਹੋਣੀਆਂ ਵਾ, ਗੰਭੀਰ ਬਿਮਾਰੀਆਂ ਹੋਣੀਆਂ ਵਾ, ਮੌਤਾਂ ਹੋਣੀਆਂ ਵਾ, ਪਿਛਲੇ ਸਾਲ ਵੀ ਕਾਫੀ ਮੌਤਾਂ ਆਈਆਂ। ਵੇਖੋ ਰਾਜਨੀਤੀ ਲੋਕ ਮੁੱਦਿਆਂ ਦੀ ਆ, ਤੇ ਲੋਕ ਮੁੱਦਿਆਂ 'ਚ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਜੀਵਨ ਆ, ਜਦੋਂ ਜੀਵਨ ਨਹੀਂ ਰਿਹਾ, ਲੋਕ ਨਹੀਂ ਰਹੇ, ਤੇ ਫਿਰ ਰਾਜਨੀਤੀ ਕਾਹਦੀ। ਇਸ ਵੇਲੇ ਹਾਲਾਤ ਜਿਹੜੇ ਆ ਅੰਮ੍ਰਿਤਸਰ ਵੈਸਟ 'ਚ ਖਾਸ ਕਰਕੇ, ਬਲਕਿ ਅੰਮ੍ਰਿਤਸਰ ਸਾਰੇ ਸ਼ਹਿਰ ਦੀ ਗੱਲ ਹੀ ਆ, ਅੰਮ੍ਰਿਤਸਰ ਅੰਮ੍ਰਿਤ ਦੇ ਸਰੋਵਰ ਦੇ ਨਾਂ ਤੋਂ ਸ਼ਹਿਰ ਆ, ਪਰ ਜਿਹੜੇ ਹਾਲਾਤ ਬਹੁਤ ਬੁਰੇ ਆ, ਲੋਕ ਮੁੱਦਾ ਜਿਹੜਾ ਇਸ ਵੇਲੇ ਸੀਵਰ ਆ, ਸਾਫ਼ ਪਾਣੀ ਆ, ਲੋਕ ਮੁੱਦਾ ਇਸ ਵੇਲੇ ਜਿਹੜਾ ਕੂੜੇ ਦੀ ਲਿਫਟਿੰਗ ਆ, ਉਹਨੂੰ ਲੈ ਕੇ ਅਸੀਂ ਸੰਘਰਸ਼ ਵਿੰਡਾਂਗੇ। 2-4 ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਆਪਣਾ ਜਿਹੜਾ ਸੰਘਰਸ਼ ਆ ਉਹਦੀ ਲਾਈਨ ਦੇ ਦਾਂਗੇ। ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ, ਕਿਉਂਕਿ ਤੁਹਾਡੇ ਵੀ ਜਿਹੜੇ ਪੱਤਰਕਾਰ ਸਾਥੀ ਸਾਰਿਆਂ ਦੇ ਰਿਸ਼ਤੇਦਾਰ ਅੰਮ੍ਰਿਤਸਰ ਵੈਸਟ 'ਚ ਰਹਿੰਦੇ, ਉਹ ਵੀ ਸਾਡੇ ਵਾਂਗੂ ਸਾਰੇ ਜਿਹੜੇ ਬੜੀ ਮਾੜੀ ਜ਼ਿੰਦਗੀ ਜੀ ਰਹੇ ਆ, ਜਿਹਨਾਂ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਸਾਥੀ, ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹ ਤੁਹਾਡਾ ਮਸਲਾ ਆ। ਆਮ ਆਦਮੀ ਪਾਰਟੀ ਨੂੰ ਹਰ ਦੂਸਰੇ ਘਰ 'ਚੋਂ ਪਿਛਲੀ ਵਾਰੀ ਵੋਟ ਪਈ ਸੀ, ਐਤਕੀ 300 ਵੋਟ ਹਰ ਬੂਥ ਤੋਂ ਕੱਢੀ ਉਹਨਾਂ ਦੀ, ਉਹਨਾਂ ਲਈ ਵੀ ਇਹ ਮੁੱਦਾ ਆ, ਮੁੱਦਾ ਸਾਰਿਆਂ ਦਾ ਮੁੱਦਾ ਆ। ਇਹ ਕਹੇ ਰਾਜਨੀਤੀ ਨਹੀਂ, ਲੋਕਾਂ ਦੀ ਗੱਲ, ਲੋਕਾਂ ਦੀ ਗੱਲ ਆ। ਇਸ ਨੂੰ ਜਿੱਥੋਂ ਤੱਕ ਹੋਊਗਾ ਪਹੁੰਚਾਵਾਂਗੇ, ਤੇ ਲੋਕਾਂ ਨੂੰ ਜ਼ਿੰਦਗੀ 'ਚ ਜਿਹੜੀ ਹਾਲਾਤ ਉਸ ਤਰ੍ਹਾਂ ਦੇ ਦੁਬਾਰਾ ਹੋਣ ਦਓਗੇ, ਭਾਵੇਂ ਜਿਤਨਾ ਮਰਜ਼ੀ ਸੜਕਾਂ ਤੇ ਉਤਰੋ, ਲੋਕਾਂ ਨੂੰ ਵੀ ਨਾਲ ਲੈ ਕੇ। ਵੇਖੋ ਸਾਡਾ ਕੰਮ ਹੈ ਸੰਘਰਸ਼ ਕਰਨਾ, ਇੱਕ ਵਾਰੀ ਤੇ ਬਦਲਾਅ ਜ਼ਰੂਰ ਲਿਆ ਦੇਵਾਂਗੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ। ਉਹਦੇ ਵਾਸਤੇ ਜਿਹੜੇ ਵੀ ਹਾਲਾਤ ਵਰਤਣੇ ਪਏ, ਜਿਹੜਾ ਪੰਜਾਬ 'ਚ ਵੀ ਬਦਲਾਅ ਆ, ਪੰਜਾਬ 'ਚ ਐਤਕੀ ਆ ਗਿਆ ਨਾ ਬਦਲਾਅ ਜੀ, ਹਰ ਬੂਥ ਤੋਂ 300 ਵੋਟ ਘੱਟ ਗਈ ਉਸ ਰਾਜ ਕਰਦੀ ਪਾਰਟੀ ਦੀ। ਇਹੋ ਬਦਲਾਅ ਜਿਹੜਾ ਆ, ਲੋਕਾਂ ਨੇ ਫਤਵਾ ਦਿੱਤਾ ਸੀਵਰ ਦਾ, ਹੁਣ ਆਉਣ ਵਾਲੇ ਸਮੇਂ 'ਚ ਜਿਹੜੀ ਲੋਕਾਂ ਨੇ ਵੋਟ ਪਾਈ, ਜਿਹੜਾ ਲੋਕਾਂ ਨੇ ਮੁੱਖ ਮੁੱਦੇ ਨੂੰ ਸਾਹਮਣੇ ਰੱਖ ਕੇ ਵੋਟਾਂ ਪਾਈਆਂ, ਅਸੀਂ ਉਸ ਸੰਘਰਸ਼ ਦੇ ਵਿੱਚ ਸਾਥ ਲੋਕਾਂ ਦਾ ਮੰਗ। ਕਾਂਗਰਸ ਉਮੀਦਾਂ ਦੀ ਖਰੀ ਉਤਰੇਗੀ, MP ਸਾਹਿਬ ਖਰੇ ਉਤਰਨਗੇ, ਬਿਲਕੁਲ ਖਰੇ ਉਤਰਨਗੇ। MP ਸਾਹਿਬ ਨੇ ਅੱਗੇ ਵੀ ਨਗਰ ਨਿਗਮ ਦਾ ਮੁੱਦਾ ਪਾਰਲੀਮੈਂਟ 'ਚ ਉਠਾਇਆ, ਕਮੇਟੀ ਬਣਾਈ ਵੀ ਇਹ ਬੁਖਾਰ ਕਿਹੜਾ ਆ, ਪਾਰਲੀਮੈਂਟ 'ਚ ਉਹਨਾਂ ਨੇ ਸਾਡਾ ਮੁੱਦਾ ਪਾਇਆ। ਇਸ ਗੱਲ ਦਾ ਉਹਨਾਂ ਨੂੰ ਲੋਕਾਂ ਨੇ ਵੋਟਾਂ ਦੇ ਵਿੱਚ ਵੀ ਕਿਹਾ ਵੀ ਤੁਸੀਂ ਸਾਡੀ ਗੱਲ ਕੀਤੀ ਸੀ, ਇਸ ਕਰਕੇ ਅਸੀਂ ਤੁਹਾਨੂੰ ਵੋਟ ਪਾ ਰਹੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖੋਗੇ ਕਾਂਗਰਸ ਪਾਰਟੀ ਨਗਰ ਨਿਗਮ ਦੀ ਇੰਟਰਨੈਟ ਵਜਾ ਦੇਗੀ, ਬਿਲਕੁਲ ਇੰਟਰਨੈਟ ਵਜਾ ਦੇਗੀ। ਔਰ ਲੋਕਾਂ ਦੇ ਮੁੱਦੇ ਦੀ ਗੱਲ ਕਰਦੇ, ਸਾਰੇ ਹਲਕਾ ਵੈਸਟ ਦੇ ਉਹ ਨੁਮਾਇੰਦੇ ਗਏ ਜਿਨ੍ਹਾਂ ਨੇ ਬਰੀਕੀ ਲੈਵਲ ਤੇ ਜਿਹੜਾ ਵਾ ਧਰਾਤਲ ਲੈਵਲ ਤੇ ਲੋਕਾਂ ਦੀ ਮੁਸ਼ਕਲਾਂ ਨੂੰ ਜਾਣਿਆ, ਔਰ ਅੱਜ ਮੀਟਿੰਗ ਕੀਤੀ ਹੈ, ਕਿਉਂਕਿ ਮੀਟਿੰਗ ਲੋਕਾਂ ਦੇ ਲਈ ਕੀਤੀ, ਕਿਉਂਕਿ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦਾ ਸਮੱਸਿਆ, ਔਰ ਲੋਕਾਂ ਨੂੰ ਨਾਲ ਲੈ ਕੇ ਸੜਕ ਤੇ ਉਤਰਿਆ ਜਾਵੇਗਾ ਤਾਂ ਕਿ ਜਿਹੜੀ ਵੱਡੀ ਸੀਵਰੇਜ ਦੀ ਸਮੱਸਿਆ, ਕਿਉਂਕਿ ਜਦੋਂ ਵੀ ਛਿਆਟਾ ਦਾ ਨਾਂ ਆਉਂਦਾ ਵਾ ਸੀਵਰੇਜ ਇੱਕ ਵੱਡੀ ਮੁਸ਼ਕਲ ਜਿਹੜੀ ਉਹ ਸਾਹਮਣੇ ਨਿਕਲ ਕਰ ਆਉਂਦੀ, ਔਰ ਬਿਮਾਰੀਆਂ ਦੀ ਗੱਲ ਕਰੀਏ ਸੋ ਇਸ ਗੰਦੇ ਪਾਣੀ ਤੋਂ ਜਿਹੜੀ ਬਿਮਾਰੀਆਂ ਸ਼ੁਰੂ ਹੁੰਦੀਆਂ ਸੀ। ਫਿਲਹਾਲ ਅੱਜ ਮੀਟਿੰਗ ਕੀਤੀ ਆ, ਸੰਘਰਸ਼
ਦਾ ਐਲਾਨ ਕੀਤਾ ਵਾ, ਸੰਘਰਸ਼ ਅੱਗੇ ਜਾਰੀ ਰਹੇਗਾ। ਸੋ ਲਗਾਤਾਰ 2 ਸਾਲਾਂ ਤੋਂ ਵੀ ਸੰਘਰਸ਼ ਜਾਰੀ ਆ, ਫਿਲਹਾਲ ਕੋਈ ਨਤੀਜਾ ਨਿਕਲਦਾ ਨਹੀਂ ਆ ਰਿਹਾ। ਸੋ ਅੱਗੇ ਦੇਖਦੇ ਹਾਂ ਕੀ ਨਤੀਜਾ ਨਿਕਲੇਗਾ। ਫਿਲਹਾਲ ਜਿਹੜੀ ਕਾਂਗਰਸ ਦੇ ਨੁਮਾਇੰਦਿਆਂ ਵੱਲੋਂ ਸੰਘਰਸ਼ ਜਾਰੀ ਔਰ ਮੀਟਿੰਗ ਕੀਤੀ ਹੈ।